ਤੂੰ ਮੁੰਨਾ ਤੂੰ ਸਭ ਨੂੰ ਕਿੰਨਾ ਪਿਆਰ ਕਰਦਾ ਦੱਸੀ। ਕਹਿੰਦੇ ਗੁੱਡ ਮਾਰਨਿੰਗ, ਵੈਲਕਮ ਬੈਕ ਨਿਊ ਵਲੌਗ ਅਤੇ ਨਵੇਂ ਦਿਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਾਈ। ਹੋਏ ਟਾਈਮ ਹੋ ਗਿਆ 4:15 ਅਤੇ ਜਲਦੀ ਉੱਠਣਾ ਪਿਆ ਕਿਉਂਕਿ 5 ਵਜੇ ਉੱਠਦੇ ਹੁੰਦੇ ਕਿਉਂਕਿ ਜਵਾਕਾਂ ਦਾ ਸਕੂਲ ਦਾ ਟਾਈਮ ਚੇਂਜ ਹੋ ਗਿਆ ਅਤੇ ਫਿਰ ਆਪਦਾ ਟਾਈਮ ਵੀ ਚੇਂਜ ਕਰਨਾ ਪਿਆ। ਹੁਣੇ ਉੱਠ ਸੁੱਤੇ ਸੀਗੇ ਅਤੇ ਹੁਣੇ ਉੱਠ ਗਏ। ਹਾਂਜੀ, ਅਤੇ ਤਾਰ ਪਤਾ ਨਹੀਂ ਕਿਵੇਂ ਡਿੱਗੀਆਂ ਪਈਆਂ, ਟੁੱਟੀਆਂ ਪਈਆਂ ਤਾਰਾਂ, ਡਿੱਗ ਪਈਆਂ ਤਾਰਾਂ। ਜਵਾਕਾਂ ਨੇ ਜਾਣਾ 7 ਵਜੇ, ਫਿਰ ਮੈਂ ਉਸ ਹਿਸਾਬ ਨਾਲ ਜਲਦੀ ਉੱਠ ਗਿਆ ਆਪਦਾ, ਰੈਡੀ ਹੋ ਕੇ ਫਿਰ ਜਵਾਕਾਂ ਉਠਾਊਂਗਾ। ਖੜਾਓ, ਟਾਈਮ ਹੋ ਗਿਆ ਬਹੁਤ, ਰਿਵਾਈਜ਼ ਕਰ ਲਾ ਪੇਪਰ ਦੀ, ਹੈਂ ਤਿਆਰੀ ਕਰ ਲਾ ਪੇਪਰ ਦੀ, ਖੜਾਓ। ਕਿੰਨੇ ਵਜੇ? 6:05 ਇੰਨੀ ਜਲਦੀ ਉੱਠ ਗਏ? ਅੱਗੇ 6:30 ਉੱਠਦਾ ਹੁੰਦਾ। ਅੱਜ ਜਲਦੀ ਸਕੂਲ ਜਾਣਾ ਪਾਪਾ, ਜਲਦੀ ਅੱਜ ਸਕੂਲ ਵਾਲਿਆਂ ਨੇ ਜਲਦੀ ਬੁਲਾਇਆ, ਫਿਰ ਜਲਦੀ ਉੱਠਣਾ ਪੈਣਾ ਸੀਗਾ। ਅੱਗੇ ਇਸ ਟਾਈਮ 'ਚ ਇਹੋ ਬਸ ਉੱਠਦਾ ਜਿਹਾ ਹੁੰਦਾ ਗਾ, ਅੱਜ ਬ੍ਰੇਕਫਾਸਟ ਕਰੀ ਜਾਂਦਾ ਵਿਚਾਰਾ, ਭਾਜੜਾ ਪਾ ਰੱਖਿਆ। ਸਾਰੇ ਜਵਾਕ ਉੱਠ ਗਏ ਹੋਣੇ ਜਿਹਨੂੰ, ਜਿਹੜੇ ਲੇਟ ਉੱਠਦੇ ਆ, ਅੱਜ ਅੱਧੇ ਤਾਂ ਰੋਂਦੇ ਹੀ ਆਉਣਗੇ ਸਕੂਲ ਜਾਣ। ਹਾਂ, ਉਹ ਤਾਂ ਉਦੋਂ ਵੀ ਕਰਨਾ ਸਹੀ ਆ। ਜਵਾਕ ਵਿਚਾਰੇ ਅੱਜ ਦੇਖਿਓ ਸਾਹਿਬੂ, ਤੇਰੀ ਕਲਾਸ ਵਾਲੇ ਵੀ ਅੱਬਲ ਤਾਂ ਇੱਕ ਅੱਧਾ ਮਿਸ ਹੋਊਗਾ, ਤੇ ਗੁਰਨੂੰ ਦਾ ਵੀ ਦੋ ਤਾਂ ਸਾਡੇ ਮਿਸ ਹੀ ਨੇ। ਕਿਉਂ? ਇੱਕ ਭਾਵੀ ਉਹ ਤਾਂ ਸਟਾਰਟਿੰਗ ਤੋਂ ਨਹੀਂ ਆ ਰਿਹਾ, ਪੇਪਰ ਨਹੀਂ ਦਿੱਤੇ ਨਾ, ਉਹ ਤਾਂ ਸਟਾਰਟਿੰਗ ਤੋਂ ਨਹੀਂ ਆ ਰਿਹਾ, 4 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ। ਉਹ ਕਿਤੇ ਹੋਰ ਲੱਗ ਗਿਆ ਹੋਣਾ ਫਿਰ, ਜਿਹੜਾ 4 ਅਪ੍ਰੈਲ ਤੋਂ ਨਹੀਂ ਆ ਰਿਹਾ। ਨਹੀਂ, ਉਹ ਤਾਂ ਸਾਡਾ ਰੋਲ ਨੰਬਰ ਹੈਗਾ, ਫਿਰ ਆ ਕੇ ਨਹੀਂ ਰਿਹਾ, ਸ਼ੁਰੂਆਤ 'ਚ ਪੇਪਰਾਂ ਵੀ ਲਿਆ ਨਹੀਂ ਰਿਹਾ। ਨਹੀਂ, ਉਹਨੂੰ ਕੀ ਹੋਇਆ ਭਾਵੀ ਨੂੰ? ਪਤਾ ਨਹੀਂ ਕੀ ਹੋਇਆ, ਉਹ ਤਾਂ 5th 'ਚ ਵੀ ਛੁੱਟੀਆਂ ਹੀ ਲੈਂਦਾ ਸੀਗਾ। ਅੱਜ ਗੁਰੂ ਦੀਆਂ ਫੇਰ ਕਰਤੀਆਂ, ਤੋਂ ਤਾਂ ਇੱਥੇ ਤਰ੍ਹਾਂ ਬੜਵਾ ਦੋ ਉੱਚੇ ਹੋ। ਕਹਿੰਦੇ ਸੀ ਮੈਂ ਕਿਹਾ ਸਾਰੇ ਬੱਚੇ ਉੱਠ ਗਏ ਹੋਣੇ ਅੱਜ ਜਲਦੀ ਜਲਦੀ, ਸਾਰੀਆਂ ਮੰਮੀਆਂ ਲੱਗੀਆਂ ਪਈਆਂ ਹੋਣੀਆਂ ਫਟਾਫਟ ਤਿਆਰ ਕਰਨ 'ਚ। ਇਕੱਲੀ ਮੰਮੀ ਆਈ ਬਸ? ਜਾ ਯਾਰ, ਤੂੰ ਮੇਰੀ ਤਾਰੀਫ ਨਾ ਕਰੀ ਕਦੇ, ਉਹਨਾਂ ਦੀਆਂ ਤਾਂ ਮੰਮੀਆਂ ਹੀ ਕਰਦੀਆਂ। ਕੀ ਪਤਾ ਕਰਦੇ ਹੋਣ ਘਰ ਵਾਲੇ, ਤੁਸੀਂ ਦੇਖਿਆ
ਮੈਂ ਕੀ ਦੇਖਦਾ ਗਾਇਸ ਮੈਂ ਦੱਸਿਓ ਕਿਹਦੀ ਗੱਲ ਕਰ ਰਹੇ ਸਮਝਣ ਵਾਲੇ ਸਮਝ ਗਏ ਬਸ ਮੈਂ ਦੇਖਦਾ ਕੋਈ ਬਸ ਤੁਸੀਂ ਦੇਖਦੇ ਹੋ ਮੈਨੂੰ ਸਮਝ ਆ ਗਈ ਮੈਂ ਤਾਂ ਹੀ ਕਿ ਮੰਮੀਆਂ ਤਿਆਰ ਕਰਦੀਆਂ ਮੈਨੂੰ ਸਮਝ ਆ ਗਈ ਸਮਝ ਆ ਗਈ ਮੈਨੂੰ ਨਹੀਂ ਆਈ ਸਮਝਾ ਦਿਓ ਗਾਇਸ ਕਮੈਂਟਾਂ 'ਚ ਮੇਰੇ ਘਰ ਵਾਲੇ ਨੂੰ ਤੇ ਅੱਜ ਤੋਂ ਆਪਾਂ ਇੱਕ ਕੁਛ ਨਵਾਂ ਕਰਨ ਜਾ ਰਹੇ ਹਾਂ ਇੱਕ ਨਵਾਂ ਧਮਾਕਾ ਫਿਰ ਦੱਸਾਂਗੇ ਤੁਹਾਨੂੰ ਫ੍ਰੀ ਸ਼੍ਰੀ ਹੋ ਕੇ ਹੋ ਗਿਆ ਕੋਈ ਮਜੂੜਾ ਹੋ ਗਿਆ ਸੈਬੂ ਦੇ ਭਾਈ ਨਵਾਂ ਧਮਾਕਾ ਕਹਿੰਦਾ ਹੈ ਮੈਂ ਮੱਕੀ ਕਰਨ ਜਾ ਰਹੀ ਦੋ ਵਰਕਿੰਗ ਖਾਧੀਆਂ ਜੇ ਟਾਈਮ ਹੋ ਗਿਆ ਟਾਈਮ ਆ ਰਿਵਾਈਜ਼ ਵੀ ਕਰਨਾ ਥੋੜਾ ਜਿਹਾ ਠੀਕ ਹੈ ਉਹਦੇ ਬਾਅਦ ਆਉਣਗੇ ਔਨ ਇਨਟੂ ਬਿਹਾਈਂਡ ਬਿਫੋਰ ਨੀਅਰ ਐਂਡ ਅੰਡਰ ਠੀਕ ਹੈ ਗਾਇਸ ਆਪਾਂ ਰੈਡੀ ਹੋ ਗਏ ਸੀਗੇ ਸਾਹਿਬ ਵੀ ਰੈਡੀ ਹੋ ਗਿਆ ਪਾਪਾ ਹਜੇ ਤੱਕ ਉੱਠੇ ਨਹੀਂ ਉੱਠੋ ਜੋ ਪਾਪਾ ਲੇਟ ਹੋ ਗਏ ਖੇਡੀ ਆਉਂਦੇ ਆ ਮੰਮਾ ਪਾਪਾ ਖੇਡੀ ਆਉਂਦੇ ਆ ਤੂੰ ਹੋਰ ਕੋਈ ਕੰਮ ਨਹੀਂ ਕਦੇ ਕਰ ਸਕਦਾ ਮੈਂ ਹੋ ਗਿਆ ਤੂੰ ਕਦਾ 6:40 ਹੋ ਗਏ ਭਾਈ 6:40 ਰੱਖੋ ਚਲੋ ਪਾਪਾ ਹੁਣ ਉੱਠੇ ਆ ਮਸਾ ਗਾਇਸ ਆਪਾਂ ਤਾਂ ਚੱਲੀਏ ਅੱਜ ਆਪਣਾ ਹੈਗਾ ਤੀਜਾ ਪੇਪਰ ਤੀਜਾ ਕੱਲ ਹੈਗਾ ਹਿੰਦੀ ਦਾ ਪੇਪਰ ਪਰਸੋਂ ਹੈਗਾ ਪੰਜਾਬੀ ਦਾ ਮੰਮੀ ਸਾਇੰਸ ਦੇ ਪੇਪਰ ਅੱਗੇ ਛੁੱਟੀ ਆ ਹਾਂ ਨਹੀਂ ਤਾਂ 23 ਨੂੰ ਮੁੱਕੇ ਆਂਦੇ ਹੁਣ ਆਪਾਂ ਚੱਲਦੇ ਆ ਸਕੂਲ ਫਿਰ ਤੁਹਾਨੂੰ ਚੱਕ ਕੇ ਮਿਲਦੇ ਟਿਫਨ ਪਾ ਲੈ ਹੈਂਕੀ ਲੈ ਲਿਆ ਸਾਹਿਬ ਨੇ ਹੈਂਕੀ ਲੈ ਲਿਆ ਸਾਹਿਬ ਹੈਂਕੀ ਲੈ ਲਿਆ ਕਾਹਦੇ 'ਚ ਪਿਛਲੇ 'ਚ ਨਹੀਂ ਜਮਾਂ ਵੀ ਨਹੀਂ ਥੱਲੇ ਬੈਠਾ ਇੰਨਾ ਕੁ ਵੀ ਨਹੀਂ 80 ਕਿਲੋ ਦਾ ਬੰਦਾ ਉੱਤੇ ਬਹਿ ਗਿਆ ਟਾਇਰ ਨੂੰ ਕੁਛ ਹੋਇਆ ਨਹੀਂ ਬੈਗ ਫੜੋ ਉਹਦਾ ਫੜਾਈ ਜਾਂਦਾ ਬਸ ਸਟੋਰ ਕੱਢਣ ਨੂੰ ਰਹਿੰਦੇ ਅੰਦਰ ਬਾਹਰ ਅੰਦਰ ਬਾਹਰ ਕੋਈ ਨਾ ਕੋਈ ਨਾ ਵਿਆਹ ਤੇ ਨਹੀਂ ਜਾਣਾ ਆ ਜਿਓ ਹੋਰ ਉੱਥੇ ਰਹਿਣਾ ਸੀ ਬਾਏ ਸੈਬੂ ਆਲ ਦਾ ਬੈਸਟ ਬਾਏ ਬਾਏ ਆਲ ਦਾ ਬੈਸਟ ਦੋਨਾਂ ਨੂੰ ਸੋਹਣਾ ਸੋਹਣਾ ਪੇਪਰ ਕਰਕੇ ਆਉਣਾ ਤੁਹਾਨੂੰ ਕੋਈ ਆਲ ਦਾ ਬੈਸਟ ਨਹੀਂ ਘਰ ਮੁੜਿਆ ਆ ਵਾਪਸ ਟਾਈਮ ਨਾਲ ਆ ਕੇ ਮੇਰੇ ਨਾਲ ਕੰਮ ਕੁੰਮ ਕਰਾਇਓ ਫਿਰ ਓਕੇ ਬਾਏ 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 ਬੇਟਾ ਬਾਏ ਉਹ ਤੱਕ ਹੁਣ ਬਾਏ ਕਰਦੇ ਜਾਣਗੇ ਜਦ ਤੱਕ ਮੋੜ ਨਹੀਂ ਮੁੜਦੇ ਫਿਰ ਕਰੂਗੀ ਗੁੰਨੂ ਕਰਤਾ ਨਾ ਆਪਣੀ ਗੱਡੀ ਇੱਥੇ ਖੜੀ ਆ ਗੱਡੀ ਆਪਣੀ ਗੱਡੀ ਆਪਣੀ ਗੱਡੀ ਆਪਣੀ ਪਾਣੀ ਪਾਈਏ ਹੁਣ ਆਪਾਂ ਅਤੇ ਕੰਮ 'ਤੇ ਲੱਗੀ ਆਪਦੇ ਪਾਣੀ ਕਹਿੰਦੇ ਸੀ ਸੁਬਹਾ ਪਾ ਦਿਓ 7 ਵਜੇ ਸਾਰਾ ਪੱਕਾ ਕਰ ਦਿਓ ਲਓ ਜੀ ਕਹਿੰਦੇ ਜਵਾਕਾਂ ਨੂੰ ਛੱਡਿਆ ਸੀ ਕਹਿੰਦੇ ਕਿਹਨੂੰ ਛੱਡਿਆ ਸੀ ਜਵਾਕਾਂ ਨੂੰ ਹੁਣ ਤਾਂ ਸਰ ਆਰਡਰ ਮਾਰ ਦਿੰਦੀ ਹੈ ਮੋਬਾਇਲ ਚੱਕ ਕੇ ਲੈ ਕੇ ਆਓ ਕਹਿੰਦੀ ਮੈਨੂੰ ਤਾਂ ਐਂ ਡਰਾ ਦਿੰਦੀ ਹੈ ਹਾਂਜੀ ਦੱਸੋ ਮੋਬਾਇਲ ਕਿਉਂ ਚੱਕਣਾ ਛੱਡੇ ਨਹੀਂ ਰਾਹ 'ਚ ਛੱਡ ਕੇ ਆਏ ਮੇਰੇ ਜਵਾਕਾਂ ਰਾਹ 'ਚ ਛੱਡਿਆ ਆ ਗਾਇਸ ਤੁਰ ਕੇ ਜਾ ਵੜਨਗੇ ਆ ਕੇ ਗੇਟ ਖੋਲ ਗਿਆ ਗਾਇਸ ਵੀਰੇ ਗਾਇਸ ਦੀਦੀ ਗੇਟ ਖੋਲ ਗਿਆ ਸੀ ਖੁੱਲ ਗਿਆ ਸੀਗਾ ਬੱਚੇ ਆ ਗਏ ਸੀ ਯੈਸ ਭੀੜ ਸੀਗੀ ਭੀੜ ਹੈਗੀ ਸੀਗੀ ਗਾਇਸ ਸਾਡੀਆਂ ਗ੍ਰਿਲਾਂ ਕੱਪੜੇ ਪਹੁੰਚ ਜੋਗੀਆਂ ਹੋ ਗਈਆਂ ਦੇਖੋ ਦੁਬਾਰਾ ਆ ਗਏ ਸੀ ਆਪਦੇ ਕੰਮ 'ਤੇ
ਆ ਤਾਰ ਟੁੱਟ ਗਈ ਬਾਹਰ, ਪਤਾ ਨਹੀਂ ਬਾਅਦ ਚ ਕਰਨਗੇ, ਹੁਣੇ ਤਾਂ ਨੀ ਕਰਦੇ। ਪਹਿਲਾਂ ਉਹਨਾਂ ਨੂੰ ਟਾਈਲਾਂ ਲਾਓ ਉਧਰ। ਕਿਹੜੇ ਪੱਥਰ? ਇੱਥੇ ਮਾਲੀ ਨੇ ਮਿੱਟੀ ਪਾਤੀ ਕਿਉਂਕਿ ਇੱਥੇ ਘਰ ਨੀਵਾਂ ਸੀਗਾ। ਉਹ ਕਹਿੰਦਾ ਹੁਣ ਇੱਕੋ ਜਿਹਾ ਹੋ ਜੂਗਾ। ਮੈਂ ਕਿਹਾ ਚੱਲ ਇੱਥੇ ਪਾਣੀ ਵੀ ਲਾ ਦਈਏ, ਜਵਾਕ ਗਏ ਆ ਸਕੂਲ, ਦਿਨੇ ਦਿਨੇ ਜੇ ਧੁੱਪ ਨਾਲ ਸੁੱਕ ਜੂਗਾ ਪਾਣੀ, ਗਰਮੀ ਤਾਂ ਇੰਨੀ ਪਈ ਜਾਂਦੀ ਹੈ, ਅਤੇ ਆਪਾਂ ਇੱਥੇ ਪਾਣੀ ਲਾ ਕੇ ਛੱਡ ਦਿੰਦੇ ਹਾਂ। ਕਿੱਧਰ ਗਏ? ਜਨਾਬ ਜੀ ਆਪਦੇ ਕੰਮ 'ਤੇ ਲੱਗ ਗਏ, ਗੱਡੀ ਸਾਫ਼ ਕਰਨ 'ਤੇ, ਗੱਡੀ ਸਾਫ਼ ਕਰਨ 'ਤੇ। ਹੈਲੋ ਮਿਸਟਰ ਮਨਪ੍ਰੀਤ ਸਿੰਘ, ਸੁਣਦੇ ਕੋਈ ਮਿਲ ਗਿਆ ਬਾਹਰ, ਉੱਧਰ ਗੱਲਾਂ ਮਾਰਨ ਲੱਗ ਗਏ। ਤਾਂ ਮੇਰੇ ਘਰ ਵਾਲੇ ਨੂੰ ਗੱਲਾਂ ਬਹੁਤ ਜਣੇ ਮਾਰਦੇ ਆ, ਕੱਲ੍ਹ ਫੋਨਾਂ ਤੋਂ ਵੀ ਦੁਖੀ ਅਤੇ ਗੱਲਾਂ ਤੋਂ, ਬਸ ਜਿਹੜਾ ਮਿਲ ਜੇ ਗੱਲਾਂ 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 ਗੱਲਾਂ। ਉੱਥੇ ਜਾ ਕੇ ਦੇਖਣਾ ਪਊਗਾ, ਚੈੱਕ ਕਰਨਾ ਪਊਗਾ। ਜਾਵਾਂ ਹੁਣ ਮੈਂ, ਛਿਆਵਾਂ ਹੁਣ ਮੈਂ ਦਿਖਾਉਂਗੀ ਮੈਂ ਤੁਹਾਨੂੰ ਗੱਲਾਂ। ਉਹ ਦੇਖੋ ਸ਼ੀਸ਼ੇ ਵਿੱਚ ਦੇਖਦੇ ਨਾ, ਅੰਕਲ ਮਿਲੇ ਆ ਸਾਡੇ ਨਾਲ ਵਾਲੇ, ਉਹਨਾਂ ਕੋਲ ਖੜ੍ਹੇ ਆ ਅੰਕਲ ਜੀ ਕੋਲ। ਆਓ ਜੀ, ਟਾਈਮ ਹੋ ਗਿਆ 7:15, ਅਤੇ ਮੈਂ ਗੱਡੀ ਸਾਫ਼ ਕਰਕੇ ਆਇਆ, ਅਤੇ ਗੱਡੀ ਵਾਲਾ ਕੱਪੜਾ ਧੋਣ ਵਾਲਾ ਸੀਗਾ, ਅਤੇ ਮੈਡਮ ਬਾਹਰ ਬੈਠੇ ਧੋਈ ਜਾਂਦੇ ਆ। ਉੱਠ ਗਈ। ਚਲੋ ਜੀ, ਟਾਈਮ ਹੋ ਗਿਆ, ਕਹਿੰਦੇ ਜਵਾਕਾਂ ਦਾ ਟਾਈਮ ਨਹੀਂ ਹੋਇਆ, 10:44 ਹੋਇਆ। ਯਾਰ ਦੋਸਤ ਆਇਆ ਹੋਇਆ ਮੁਕਤਸਰ ਤੋਂ, ਉਹਦਾ ਫੋਨ ਆ ਗਿਆ, ਕਹਿੰਦਾ ਆ ਜਾ ਮੈਨੂੰ ਮਿਲੀਏ, ਅਤੇ ਉਹਨੂੰ ਮਿਲਣ ਚੱਲੇ, ਫਿਰ ਦੇਖ ਲਵਾਂਗੇ ਜੇ ਪਹਿਲਾਂ ਵਿਹਲੇ ਹੋ ਗਏ ਉਹ ਦੇਖ ਲਵਾਂਗੇ, ਜੇ ਲੇਟ ਵਿਹਲੇ ਹੋਏ ਫਿਰ ਜਵਾਕਾਂ ਨੂੰ ਨਾਲ ਹੀ ਲੈ ਕੇ ਆਵਾਂਗੇ ਘਰ। ਅੱਗੇ ਬੱਚਿਆਂ ਨੂੰ ਅੱਗੇ ਪਿੱਛੇ ਛੁੱਟੀ ਹੁੰਦੀ ਸੀਗੀ, ਹੁਣ ਸਾਰਿਆਂ ਦਾ ਇੱਕੋ ਟਾਈਮ ਹੀ ਹੈ, ਤਾਂ ਕਰਕੇ ਭੀੜ ਵਾਲੀ ਹੈ, ਹੈ ਨਾ ਸਭ। ਬੁੱਢੀ ਮਾਂ ਦਾ ਬਾਲ ਡਾਤਾ, ਕੌਣ ਸੀ ਇਹ ਸਭ? ਬੁੱਢੀ ਅੰਮਾ ਦਾ ਬਾਲ, ਜਿਹੜੀ ਜਗ੍ਹਾ ਲੰਘਣ ਵਾਲੀ ਆ ਉਹ ਸਾਰੀ ਘੇਰੀ ਬੈਠੀ ਆ, ਲੋਕੀ ਘੇਰੀ ਬੈਠੇ ਆ। ਗੁੰਨੂ ਮੈਡਮ ਨਹੀਂ ਆਈ ਹਜੇ, ਭੀੜ ਬਾਹਲੀ ਜ਼ਿਆਦਾ ਹੋ ਗਈ ਕਿਉਂਕਿ ਟਾਈਮ ਇੱਕੋ ਕਰਤਾ ਨਾ, ਨਹੀਂ ਅੱਗੇ ਪਿੱਛੇ ਹੁੰਦਾ ਸੀ ਟਾਈਮ ਸਾਰਿਆਂ ਦਾ, ਉਦੋਂ ਭੀੜ ਇੰਨੀ ਨਹੀਂ ਹੁੰਦੀ ਸੀਗੀ। ਗੁੰਨੂ ਆ ਗਈ, ਹੈਲੋ, ਕੀ ਹੁਆ? ਗਰਮੀ ਗਰਮੀ ਜੇ 2 ਵਜੇ ਆਉਂਦਾ ਫੇਰ ਆਏ ਹਾਏ ਆਏ ਹਾਏ, ਮੈਸੇ ਪਹੁੰਚਦੇ ਆ ਘਰੇ, ਪਾਪਾ ਨੇ ਅੱਜ ਬੋਲੇ ਕੁਛ, ਅੱਜ ਜਵਾਕਾਂ ਨੇ ਪੂਰੀ ਕਮੀ ਕਰਤੀ, ਹਾਂ ਘਰ ਵਾਲੇ ਨੇ ਕਰਤੀ।
ਪੈਂਟ ਗਿੱਲੀ, ਇੰਨਾ ਪਸੀਨਾ ਕਿਉਂ ਆਉਂਦਾ ਰੱਬਾ, ਇੰਨਾ ਪਸੀਨਾ ਤੇਰੀ ਵੀ ਉੱਥੇ ਹਟਾ, ਖੜਾ ਥੱਲੇ ਕੇ ਬੈਠਾ, ਮੈਂ ਨੀ ਦੇਖਣਾ, ਭਰੇ ਹੋ ਜਾ ਹੁਣ ਪਸੀਨੇ ਤੇ ਭਰੇ ਦੇ, ਆਹ ਮਰੀ ਜਾਂਦੀ ਆ ਜੇ 2 ਵਜੇ ਆਉਂਦੀ। ਫਿਰ ਪੇਪਰ ਕਿਵੇਂ ਹੋਇਆ? ਸਾਰਾ ਆਉਂਦਾ ਸੀ ਮੰਮੀ। ਹੁਣੇ ਨਕਲ ਮਾਰੀ ਕਾਪੀ ਖੋਲ ਕੇ, ਕੈਮਰੇ ਚ ਮੈਨੂੰ ਕਲੀਅਰ ਦਿਖ ਗਿਆ, ਯਾਦ ਨੀ ਸੀ। ਪਾਪਾ ਦੇ ਖਰਾਟੇ ਵੱਜ ਰਹੇ ਨੇ। ਸਾਹਿਬ ਕੀ ਕਰ ਰਿਹਾ? ਪੰਜਾਬ ਸਰਕਾਰ ਨੇ ਕਰਤੀਆਂ ਛੁੱਟੀਆਂ ਤੇ ਇਹਨਾਂ ਦੇ ਚੱਲ ਰਹੇ ਆ ਪੇਪਰ, ਤੇ ਹੁਣ ਇਹ ਕਨਫਿਊਜ਼ਨ ਚ ਆ ਕੇ ਪੇਪਰ ਦੀ ਤਿਆਰੀ ਕਰੀਏ, ਸੁਬਹਾ ਸਕੂਲ ਜਾਣਾ ਕਿ ਨਹੀਂ ਜਾਣਾ। ਦੇਖੋ ਜਿਸ ਸਰਕਾਰ ਨੇ ਛੁੱਟੀਆਂ ਕੀਤੀਆਂ ਤਾਂ ਪ੍ਰਾਈਵੇਟ ਵਾਲਿਆਂ ਨੂੰ ਕਰਨੀਆਂ ਹੀ ਪੈਣਗੀਆਂ, ਬਾਕੀ ਕੁਛ ਇਹ ਨਹੀਂ ਕਹਿ ਸਕਦੇ। ਇੱਦਾਂ ਮੈਨੂੰ ਡਾਊਟ ਹੋ ਰਿਹਾ ਵੀ 3 ਪੇਪਰ ਰਹਿੰਦੇ ਆ, ਉਹ ਕਹਿੰਦੇ ਹੁਣੇ ਲੈ ਹੀ ਲੈਂਦੇ ਹਾਂ ਬੱਚਿਆਂ ਦੇ, ਵੀ ਪੇਪਰ ਲੈ ਕੇ ਭੇਜ ਦਿਆ ਕਰਾਂਗੇ ਵਾਪਸ, ਘੰਟੇ 'ਚ ਪੇਪਰ ਹੋ ਜਾਂਦਾ ਗਾ। ਹੁਣ ਦੇਖੋ ਹੁਣ ਜਿੰਨਾ ਚਿਰ ਵੇਟ ਨਹੀਂ ਆਉਂਦਾ ਉਨਾ ਚਿਰ ਪੜ੍ਹਦੇ ਆ, ਤਿਆਰੀ ਕਰਕੇ ਤਾਂ ਰੱਖਣੀ ਆ ਪੇਪਰ ਦੀ। ਹੁਣ ਨਹੀਂ ਤਾਂ ਫਿਰ ਪੇਪਰਾਂ ਤੋਂ ਬਾਅਦ ਤਾਂ, ਛੁੱਟੀਆਂ ਤੋਂ ਬਾਅਦ ਤਾਂ ਪੇਪਰ ਦੇਣੇ ਆ। ਹਾਂ, ਇਸ ਕਰਕੇ ਤਿਆਰੀ ਜ਼ਰੂਰੀ ਆ, ਤਿਆਰੀ ਕਰੋ। ਸਾਹਿਬ ਇੱਧਰ ਬੈਠਾ, ਸਾਹਿਬ ਦਾ ਮੈਥ ਦਾ ਪੇਪਰ ਆ, ਗੁਨੂ ਦਾ ਹਿੰਦੀ ਦਾ ਪੇਪਰ ਆ। ਸਾਹਿਬ ਨੇ ਅੱਜ ਪੁਰਾਣੀ ਜਮੈਟਰੀ ਚੱਕ ਲਈ, ਰੋਜ਼ ਬਦਲਦਾ ਰਹਿੰਦਾ, ਕਦੇ ਕਿੱਟ ਬਦਲ ਲੈਂਦਾ, ਕਦੇ ਜਮੈਟਰੀ ਬਦਲ ਲੈਂਦਾ। ਨਹੀਂ ਤੁਸੀਂ ਆਪਦੀ ਰੱਖੋ, ਕਾਹਦੇ ਵਾਸਤੇ ਲੈਣੀ ਆ? ਹੈਗੀ ਤਾਂ ਕਦੋਂ ਦਵਾਉਣੀ? ਸਾਰਿਆਂ ਕੋਲੇ ਆ ਵੱਡੀ ਚੋਰਸ ਵਾਲੀ ਕਿੱਟ ਹੈ, ਅਲਾਉ ਕੀਤੀਆਂ ਹੋਈਆਂ ਕਿੱਟ ਨਹੀਂ ਤੇ ਮੈਟਰੀ ਕਿੱਟ। ਕੋਈ ਨਾ, ਅਗਲੀ ਕਲਾਸ ਚ ਲਵਾਂਗੇ, ਲਿਖੋ ਜਲਦੀ ਜਲਦੀ। ਮੈਂ ਮੈਟਰੀ ਲੂੰਗਾ ਅਗਲੀ ਕਲਾਸ ਚ, ਵੱਡੀ ਵਾਲੀ ਮੈਟਰੀ। ਚਲੋ ਗਾਈਸ, ਅਸੀਂ ਪੜ੍ਹਦੇ ਹਾਂ, ਜੇ ਸੰਡੇ ਤੱਕ ਨਿਊਜ਼ ਆ ਗਈ ਫਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਆਪਾਂ ਨੇ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਦੱਸੋ ਖਬਰ ਆ ਗਈ ਸਾਡੇ ਸਕੂਲ ਦੀ ਵੀ ਛੁੱਟੀ ਆ, ਤਾਂ ਆਪਾਂ ਗੱਲਾਂ ਕਰਾਂਗੇ, ਮਸਤੀ ਕਰਾਂਗੇ, ਹੈਨਾ? ਤੇ ਫਿਰ ਆਪਾਂ ਕੀ ਕਰਿਆ ਕਰਾਂਗੇ ਸਾਹਿਬੂ, ਆਪਣੇ ਸਬਸਕ੍ਰਾਈਬਰਸ ਦੇ ਕਮੈਂਟ ਰੀਡ ਕਰਿਆ ਕਰਾਂਗੇ ਡੇਲੀ। ਆਪਾਂ ਸੀਰੀਜ਼ ਸਟਾਰਟ ਕਰਨੀ ਆ, ਏ ਤੋਂ ਸਟਾਰਟ ਕਰਾਂਗੇ ਅੱਜ ਵਾਲੇ ਵਲੌਗ ਦੇ ਵਿੱਚ। ਆਪਾਂ ਜਿਨ੍ਹਾਂ ਦਾ ਏ ਤੋਂ ਨਾਮ ਆ, ਆਪਾਂ ਨੂੰ ਫੁੱਲ ਵੀਡੀਓ ਦੇਖਦੇ ਆ, ਸੋਹਣਾ ਜਿਹਾ ਕਮੈਂਟ ਕਰਦੇ ਆ, ਆਪਾਂ ਉਹਨਾਂ ਦਾ ਕਮੈਂਟ ਰੀਡ ਜ਼ਰੂਰ ਕਰਾਂਗੇ। ਪਹਿਲਾਂ ਏ ਵਾਲੇ ਨਾਮ ਤੋਂ ਕਰਾਂਗੇ, ਫਿਰ ਬੀ, ਫਿਰ ਸੀ, ਫਿਰ ਡੀ, ਲਾਈਨ ਵਾਈਜ਼ ਕਰਾਂਗੇ। ਤੇ ਜਿਹਦਾ ਡੇਲੀ ਦੇ ਵਲੌਗ ਦੇ ਵਿੱਚ ਸਭ ਤੋਂ ਬੈਸਟ ਕਮੈਂਟ ਹੋਊਗਾ, ਉਹਦਾ ਡੇਲੀ ਰੀਡ ਕੀਤਾ ਜਾਊਗਾ। ਤੇ ਹੁਣ ਸਰਪ੍ਰਾਈਜ਼ ਗਿਫਟ ਮਿਲੂਗਾ ਉਹਨੂੰ, ਠੀਕ ਹੈ? ਇਸ ਕਰਕੇ ਸੋਹਣੇ ਸੋਹਣੇ ਕਮੈਂਟ ਕਰਨੇ ਆ, ਵੱਡੇ ਵੱਡੇ ਕਮੈਂਟ ਕਰਨੇ ਆ, ਤੇ ਸਾਰਿਆਂ ਨੇ ਕਮੈਂਟ ਕਰਨੇ ਆ, ਤਾਂ ਕਿ ਤੁਹਾਡਾ ਨਾਮ ਲਿਆ ਜਾ ਸਕੇ, ਤੁਹਾਡਾ ਨਾਮ ਲਿਆ ਜਾ ਸਕੇ, ਤੁਹਾਡੇ ਚੈਨਲ ਦਾ ਨਾਮ ਲਿਆ ਸਕੇ। ਹਾਂਜੀ, ਤੁਹਾਡੀ ਫੈਮਿਲੀ ਨੂੰ ਵੀ ਮਿਲ ਪਾਏ। ਹਾਂ, ਸਾਹਿਬ ਦੀ ਗੱਲ ਤੇ ਧਿਆਨ ਦਿਓ, ਗਿਫਟ ਵੀ ਸੋਹਣਾ ਜਿਹਾ ਤੇ ਵੱਡਾ ਸਾਰਾ ਕਮੈਂਟ। ਡੇਲੀ ਡੇਲੀ ਇੱਕ ਜਾਣਾ ਚੁਣਿਆ ਜਾਊਗਾ ਜਿਹਦਾ ਸਾਨੂੰ ਸਭ ਤੋਂ ਬੈਸਟ ਕਮੈਂਟ ਲੱਗੂਗਾ, ਤੇ ਬਾਕੀ ਜਿਹੜਾ ਆਪਾਂ ਅਲਫਾਬੈਟ ਦੇ ਹਿਸਾਬ ਨਾਲ ਉਹ ਆਪਾਂ ਡੇਲੀ ਲੈਣੇ, ਠੀਕ ਹੈ ਜੀ? ਓਕੇ ਗੁਨੂੰ, ਇੱਕ ਦਿਨ ਗੁਨੂੰ ਲਿਆ ਕਰੂਗੀ, ਇੱਕ ਦਿਨ ਗੁਨੂੰ ਕਮੈਂਟ ਰੀਡ ਕਰਿਆ ਕਰੂਗੀ, ਤੇ ਇੱਕ ਦਿਨ ਸਾਹਿਬ ਕਰਿਆ ਕਰੂਗੀ। ਨੈਨ ਸਾਹਿਬ, ਇਹ ਕੰਮ ਲੱਗਦਾ ਗਲਤ ਹੋ ਗਿਆ ਸਾਹਿਬ, ਕਿਆ ਮੈਂ ਕਰ ਲੂੰਗਾ, ਹੈਨਾ ਵੀ ਗੱਲ ਹੈ ਕੋਈ ਰੀਡਿੰਗ ਸਕੂਲੇ ਵੀ ਕਰਦੇ ਕਰੇਗੇ। ਹਾਂ, ਅੱਜ ਦੇ ਫਸਟ ਏ ਦੇ ਕਮੈਂਟ ਦੀ ਰੀਡਿੰਗ ਏ ਨਾਂ ਤੋਂ ਸਾਹਿਬ ਕਰੂਗਾ, ਸਾਹਿਬ ਸਾਹਿਬ ਸਾਹਿਬ, ਡਨ ਬਾਏ ਬਾਏ।
ਸਾਹਿਬ ਕਰੂਗਾ, ਸਾਹਿਬ ਸਭ ਤੋਂ ਛੋਟਾ ਨਾ, ਟਰਨ ਵਾਈਸ ਕਰਿਆ ਕਰਾਂਗੇ ਅੱਜ ਸਾਹਿਬ। ਫਸਟ, ਸੈਕੰਡ, ਥਰਡ, ਫੋਰਥ, ਫਿਫਥ, ਸਿਕਸਥ, ਸੈਵਨਥ ਮੇਰੇ ਤੋਂ ਬਾਅਦ, ਗੁਨੂ ਤੋਂ ਬਾਅਦ ਬੂਆ। ਠੀਕ, ਬੂਆ ਤੋਂ ਵੀ ਕਮੈਂਟ ਰੀਡ ਕਰਾਉਣੀ ਆ ਬਾਈ, ਬੂਆ ਕਮੈਂਟ ਰੀਡ ਕਰੀ ਸਕਦੇ, ਤੇਰੀ ਟਰਨ ਆਈ ਅਸੀਂ ਦੱਸਾਂਗੇ। ਸੈਬੂ ਕਹਿੰਦਾ ਬੂਆ ਤੋਂ ਵੀ ਕਰਾਉਣੀ ਆ, ਗੁਨੂ ਤੋਂ ਬਾਅਦ ਬੂਆ, ਗੁਨੂ ਤੋਂ ਬਾਅਦ ਬੂਆ ਦੀ, ਬੂਆ ਤੋਂ ਬਾਅਦ ਤੁਹਾਡੀ। ਹਾਂ, ਇਸ ਕਰਕੇ ਜੀ ਅਸੀਂ ਤੁਸੀਂ ਪਾਪਾ ਦੇ ਬਾਅਦ ਦਾਦੀ ਦੀ ਫਿਰ ਦਾਦੂ ਦੀ। ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਸੋਹਣੇ ਸੋਹਣੇ ਨਾਮ ਲਏ ਜਾਣ, ਅਸੀਂ ਵੀ ਮਸ਼ਹੂਰ ਹੋ ਜਾਈਏ ਯੂਟਿਊਬ ਤੇ, ਤਾਂ ਕਮੈਂਟ ਕਰਨਾ ਦਾਦੂ ਦੇ ਕਮੈਂਟ ਸਾਈਬ ਕਰ ਦੂਗਾ, ਮਾਂ ਉਹਦੀ ਤੀ ਕਰ ਦੂਗੀ, ਤੀ ਕਰ ਦੂ ਕੈਨੇਡਾ ਚ। ਅੱਛਾ ਜੀ, ਦਾਦੂ ਦਾ ਕਮੈਂਟ ਉਹਦੀ ਤੀ ਕਰ ਦੂਗੀ, ਉਹਦੀ ਤੀ ਤੇਰੀ ਕੀ ਲੱਗਦੀ ਆ? ਹਾਂ, ਐਂ ਤਾਂ ਸਾਰਾ ਪਤਾ ਇਹਨੂੰ, ਸਿਆਣਾ ਬੱਚਾ ਏ ਸਾਡਾ, ਹਮਾਰਾ ਗੁੱਡ ਬੱਚਾ, ਬਸ ਕਭੀ ਕਭੀ ਥੋੜ੍ਹਾ ਥੋੜ੍ਹਾ ਤੰਗ ਕਰ ਦਿੱਤਾ ਹੈ, ਤੋ ਫਿਰ ਇਸ ਕੇ ਕਦੀ ਲੱਗ ਜਾਤੀ ਹੈ। ਇੱਕ ਮਹੀਨੇ ਮੈਂ ਕਿਆ, ਇੱਕ ਮਹੀਨੇ ਦਸ ਦਿਨ ਦੀਆਂ ਛੁੱਟੀਆਂ ਹੋ ਜਾਣੀਆਂ ਸੈਬੂ, ਕੀ ਬਣੂਗਾ ਇੰਨੀਆਂ ਛੁੱਟੀਆਂ 'ਚ, ਕੀ ਬਣੂ ਸਾਰਾ ਦਿਨ, ਸਾਰਾ ਦਿਨ, ਸਾਰਾ ਦਿਨ ਕੀ ਬਣੂ, ਕੀ ਬਣੂ ਗੁੰਨੂ, ਕੀ ਬਣੂ? ਇੱਕ ਮਹੀਨਾ ਤੇ ਦਸ ਦਿਨ ਦੀਆਂ ਛੁੱਟੀਆਂ ਹੋ ਗਈਆਂ, ਟੋਟਲ 40 ਦਿਨ ਘਰੇ ਹੋ ਤੁਸੀਂ, 40 ਡੇਜ਼, 40 ਡੇਜ਼ 'ਚ ਕੀ ਬਣੂਗਾ, ਕਿਹਦੇ ਸਭ ਤੋਂ ਵੱਧ ਕੁੱਟ ਪੈਂਦੀ ਆ, ਇਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਗਾਈਸ, ਡੇਲੀ ਦੀ ਕਿਹਦੇ ਕੁੱਟ ਪਈ। ਜਿਹੜੇ 40 ਦਿਨ ਦੇ ਵਿੱਚ ਸਭ ਤੋਂ ਘੱਟ ਕੁੱਟ ਪਈ ਉਹਨਾਂ, ਉਹਨੂੰ ਗਿਫਟ ਮਿਲੂਗਾ, ਜਿਹਦੇ ਵੱਧ ਪਈ ਉਹਨੂੰ ਪਨਿਸ਼ਮੈਂਟ ਮਿਲੂਗੀ। ਠੀਕ ਹੈ, ਜਿਹੜਾ ਇੱਕ ਦੂਜੇ ਨਾਲ ਲੜਿਆ, ਜਿਹੜਾ ਇੱਕ ਦੂਜੇ ਨਾਲ ਖਿਜਿਆ, ਜੇ ਸੋਹਣੇ ਸੋਹਣੇ ਗਿਫਟ ਲੈਣੇ ਆ, ਨਾ ਤਾਂ ਇੱਕ ਦੂਜੇ ਨਾਲ ਲੜਨਾ ਤੇ ਨਾ ਇੱਕ ਦੂਜੇ ਨੂੰ ਔਖਾ ਬੋਲਣਾ। ਠੀਕ ਹੈ, ਨਾ ਤੁਹਾਡੇ ਤੋਂ ਗਾਲਾਂ ਖਾਣੀਆਂ, ਨਾ ਮੰਮਾ ਤੋਂ ਗਾਲਾਂ ਖਾਣੀਆਂ। ਮੰਮੀ ਇੱਕ ਟੁੱਟੀ ਨਾ ਪਈ ਤਾਂ ਫਿਰ ਗਿਫਟ ਮਿਲ ਜਾਣਗੇ, ਅੱਜ ਮਿਲੂਗਾ ਗਿਫਟ। ਜੇ ਅਸੀਂ ਤੁਸੀਂ ਗਾਲ ਲਈ, ਕੱਲ ਸਾਨੂੰ ਕਿਹਾ ਸੀ ਕਿ ਪਹਿਲਾਂ ਕੱਲ ਗੁੰਨੂ ਸਾਹਿਬ ਨੂੰ ਮਿਲੂਗਾ, ਫਿਰ ਗੁੰਨੂ ਨੂੰ ਮਿਲੂ। ਅੱਛਾ ਜੀ, ਤੁਸੀਂ ਕਿਹਾ ਸੀ ਜਿਹੜਾ ਪੜਿਆ। ਜਦ ਤੇਰੀ ਹਿੰਦੀ ਦੇ ਪੇਪਰ ਦੀ ਤਿਆਰੀ ਫੁੱਲ ਹੋ ਗਈ ਨਾ, ਉਦੋਂ ਮੈਨੂੰ ਦੱਸ ਦੀ, ਫਿਰ ਤੈਨੂੰ ਗਿਫਟ ਦੇ ਦੂੰਗੀ। ਮੈਂ ਵੀ ਜਦੋਂ ਤੇਰੇ ਮੈਥ ਦੇ ਪੇਪਰ ਦੀ ਫੁੱਲ ਤਿਆਰੀ ਹੋ ਗਈ ਉਦੋਂ ਤੈਨੂੰ ਮਿਲ ਜੂ। ਓਕੇ, ਫਿਰ ਲਾਸਟ ਪੇਪਰ ਹੈ ਜੂ ਮੇਰਾ, ਫਿਰ ਤੇਰਾ ਲਾਸਟ ਪੇਪਰ ਹੈ ਜੂ ਪੰਜਾਬੀ। ਹਾਂ ਪੰਜਾਬੀ, ਚਲ ਦੇਖਦੇ ਹਾਂ ਹੁਣ ਵਾਲਾ, ਹੁਣ ਵੀ ਕੁਝ ਕਰਦੇ ਹੋ ਗਾਇਸ, ਤੁਹਾਨੂੰ ਪਤਾ ਪਾਪਾ ਅੱਖਾਂ ਬੰਦ ਕਰਕੇ ਵੀ ਗੱਲਾਂ ਕਰਦੇ ਆ। ਹਾਂ ਜੋ ਪੋਗੇ ਪਾਪਾ, ਹੁਣ ਆਪਣਾ ਸਹੀ ਆ, ਹੁਣ ਵੀ ਕੁਝ ਕਰਦੇ ਹੋ, ਕੀ ਬੋਲ ਰਹੇ ਸਮਝ ਨਹੀਂ ਆ ਰਿਹਾ ਗਾਇਸ ਨੂੰ, ਮੰਮਾ ਨੂੰ ਹੀ ਆ ਰਹੀ ਹੈ ਜਮਨ ਜੋ ਪਾਪਾ ਬੋਲ ਰਹੇ ਆ। ਵਾਟਰਮੈਲਨ ਪੜਾਈ ਵੀ ਕਰ ਰਹੇ ਨਾਲ ਨਾ, ਖਾ ਰਹੇ ਵਾਟਰਮੈਲਨ। ਓ ਪਾਪਾ ਦੇਖ ਸੁੱਤੇ ਪਏ ਨੇ, ਦੇਖ ਲੈਣਾ ਖਾ ਕੇ। ਮੈਂ ਖਾ ਲੈਣੀ ਆ, ਦੱਸਿਓ ਕਮੈਂਟਰਾਂ ਦੇ ਵਿੱਚ ਤੁਸੀਂ ਖਾ ਲੈਣੇ ਹੋ, ਕਹਿੰਦੇ ਬੀ ਖਾਣੇ ਚਾਹੀਦੇ ਆ, ਕਹਿੰਦੇ ਇਹਨਾਂ ਦੇ ਵਿੱਚ ਜ਼ਿੰਕ ਹੁੰਦਾ। ਜ਼ਿੰਕ ਕੀ ਹੁੰਦਾ? ਬੋਡੀ ਨੂੰ ਚਾਹੀਦਾ ਹੁੰਦਾ ਜ਼ਿੰਕ। ਆਪਣੇ ਇੱਧਰ ਦੇਖੋ ਬਾਈ,
ਰਾਤ ਨੂੰ ਕਰਕੇ ਮੰਮੀ ਨੂੰ ਗੁੱਸਾ ਚੜ ਗਿਆ। 100 ਦਾ ਹੈਗਾ, 100 ਦਾ ਲੈ ਜਾ, 200 ਦਾ ਲੈ ਜਾ, ਖੁੱਲੇ ਮੋੜ ਦੂੰਗੀ ਆਪਕੋ। ਦੇਖੋ ਬਿੱਲ ਲੈ ਕੇ ਆਈ, ਬਿੱਲ ਦੇ ਪਾਪਾ ਦਾ ਪਾਕਟ ਮਨੀ 150 ਵਾਪਸ ਕਰੂ। ਗਾਇਸ ਪਾਕਟ ਮਨੀ ਬਾਕਸ ਪਾਪਾ ਦਾ, ਪਾਕਟ ਮਨੀ ਬਾਕਸ ਯੂ ਮੰਮਾ। ਹਾਂਜੀ ਤੁਸੀਂ ਕੱਟ, ਮੈਂ ਅੱਧੇ ਖਾ ਮੰਮਾ। ਗਾਇਸ ਗਾਇਸ ਮੇਰਾ ਅੱਧਾ ਪੂਰਾ ਖਾ ਗਿਆ ਸੀਗਾ, ਖੁਦ ਹੀ ਇਕੱਲਾ, ਕਿਸੇ ਦੀ ਲੋੜ ਨਹੀਂ ਪਈ, ਇਕੱਲਾ ਖਾ ਗਿਆ ਹੈ ਨਾ। ਯੈਸ ਲੋੜ ਕਿਹਦੀ ਪੈਣੀ ਸੀ ਤੈਨੂੰ, ਖਾਣ 'ਚ ਵੀ ਲੋੜ ਪੈਂਦੀ ਹੈ? ਸੰਤਰੇ ਖਾਣ 'ਚ ਨਹੀਂ ਲੋੜ ਪੈਂਦੀ, ਇਸ 'ਚ ਵੀ ਲੋੜ। ਸਾਬੂ ਕਹਿੰਦਾ ਮੈਨੂੰ ਸੰਤਰੇ ਲਿਆ ਦਿਓ। ਲੰਡਨ 'ਚ, ਲੰਡਨ 'ਚ ਤਾਂ ਮਾਰਕੀਟ ਖੁੱਲ੍ਹੀ ਹੋਈ ਹੈ। ਉਹ ਕੀ ਕਹਿੰਦੇ ਹੈ, ਜਦੋਂ ਮੈਨੂੰ ਬੋਲਣਾ ਨੀ ਹੁੰਦਾ ਡਕਾਰ ਵੱਜ ਜਾਂਦਾ, ਜਦੋਂ ਬੋਲਦਾ ਉਦੋਂ ਮੇਰੇ ਡਕਾਰ ਨਹੀਂ ਵੱਜਦੇ, ਉਹਨੇ ਮੇਰੇ ਤੋਂ ਜ਼ਿਆਦਾ ਬੋਲਿਆ ਜਾਂਦਾ। ਕਿੱਥੋਂ ਚਲੇ ਗਏ ਆ, ਕਿੱਧਰ ਘੁੰਮ ਗਈ? ਚਲੋ ਸਾਈਡ ਸਾਈਡ ਪਲੀਜ਼, ਸਾਈਡ ਪਲੀਜ਼। ਮੈਨੂੰ ਵੀ ਖਾਸੀ ਕੰਮ ਮੇਰਾ, ਤੇਰਾ ਮੇਰਾ ਹੈ ਹੀ ਨਹੀਂ, ਮੇਰਾ ਗੁੰਮ ਹੋ ਗਿਆ। ਅੱਪਰ ਕਾ ਯੇ ਰਾ, ਬਸ ਖਾ ਲਓ ਜਲਦੀ ਜਲਦੀ ਆ ਕੇ, ਖਾ ਕੇ ਦਿਓ, ਜਿੰਨੇ ਖਾਣੇ ਪੇਟ ਭਰ ਕੇ ਦਿਓ, ਫੁੱਲ ਕਰਕੇ ਦਿਓ ਟੈਕੀ। ਹੋਰ ਮੰਗਾਣੀ ਹੋਈ ਤਾਂ ਹੋਰ ਮੰਗਾ ਲਿਓ, ਅਸੀਂ ਦੇ ਦਾਂਗੇ, ਸਾਡੇ ਘਰੇ ਲੱਗੇ ਆ। ਸਾਡੇ ਪਹਿਲੇ ਬਹੁਤ ਲੱਗੇ ਸੀਗੇ, ਫਿਰ ਆ ਵੀ ਹੋ ਗਿਆ ਨਾ ਟ੍ਰਿਪ, ਸਰਕਾਰ ਨੇ ਪਟਵਾ ਤੇ ਹੈ ਨਾ, ਸਰਕਾਰ ਨੇ ਪਟਵਾ ਤੇ ਆ ਪੁੱਡਾ ਲੈਣੇ, ਕਿਹੜੀ ਸਰਕਾਰ ਨੇ ਪਟਾ ਤੇ ਪੁੱਡਾ ਲੈਣੇ, ਪੁੱਡਾ ਲੈਣੇ ਯਾਦ ਆਇਆ। ਚਲੋ ਯਾ ਫਿਰ ਕਹਿੰਨੀ ਨਾ ਦੇ ਪਲੀਜ਼ ਮਮਾ, ਹਾਈ ਮੈਸੇਜ ਆ ਗਿਆ ਭਾਈ, ਗੁੰਨੂ ਰੋ ਪਈ, ਗੁੰਨੂ ਰੋ ਪਈ ਰੋ ਪਈ, ਕਿਆ ਪੇਪਰ ਦੇਣਾ ਨਹੀਂ ਸੀਗਾ ਉਹਨੂੰ, ਟੈਨਸ਼ਨ ਸੀ, ਉਹਦੀ ਤਿਆਰੀ ਨਹੀਂ ਹੋਈ ਸੀ ਅਜੇ, ਉਹਦੇ ਪੇਪਰ ਦੀ ਤਿਆਰੀ ਨਹੀਂ ਹੋਈ ਸੀ, ਉਹ ਤਾਂ ਕਰਕੇ ਟੈਨਸ਼ਨ ਲਈ ਬੈਠੀ ਸੀ। ਕਦੋਂ ਦੀ ਗਵਰਨਮੈਂਟ ਆਰਡਰ ਸਕੂਲ ਵੇਲੇ 21 ਤੋਂ 3-6 ਤੱਕ ਛੁੱਟੀ ਆ ਗਈ, ਮੇਰੇ ਵੀਰੋ ਕਹਿੰਦੇ ਕੰਡ ਕੌਣ ਹੋ ਗਿਆ, ਛੁੱਟੀ ਆ ਗਈ ਰੋ ਪੀ।
ਤੁਹਾਡੀ ਪੋਤੀ ਰੋਪੀ ਕੱਢਿਓ ਛੁੱਟੀਆਂ ਹੋ ਗਈਆਂ ਤਾਂ ਰੋਪੀ ਟੈਂਸ਼ਨ ਸੀਗੀ ਪੇਪਰ ਹਜੇ ਤਿਆਰੀ ਹੋਈ ਨਹੀਂ ਸੀਗੀ ਛੁੱਟੀਆਂ ਆ ਗਈਆਂ ਪਾਰ ਵਾਲਾ ਜਾ ਸੈਕਿੰਡ ਕਰਿਆ ਭੱਜ ਕਰ ਮੋਜਾ ਟੈਂਸ਼ਨ ਲੈਂਦੀ ਹੈ ਤੈਨੂੰ ਮੈਸੇਜ ਆਇਆ ਸੀਗਾ ਮਲਕੀਤ ਕੌਰ ਦਾ ਉਹ ਕਹਿੰਦੇ ਕਹਿੰਦੇ ਟੈਂਸ਼ਨ ਕਿਉਂ ਲੈਣਾ ਗੁਨੂੰ ਟੈਂਸ਼ਨ ਲੈ ਕੇ ਨਾ ਪੜਿਆ ਕਰ ਆ ਜਾ ਟਾਈਮ ਕਿੰਨਾ ਹੋ ਗਿਆ ਸਾਢੇ ਸੱਤ ਸਾਢੇ ਸੱਤ ਸਾਢੇ ਸੱਤ ਮਾਰੂਗੀ ਚੱਲ ਆ ਕੁੜੀ ਮਾਰੂ ਕਦੋਂ ਦੀ ਪੁੱਛੀ ਜਾਂਦੀ ਹੈ ਮੋਬਾਈਲ ਦੇਖੀ ਜਾਂਦੀ ਪਾਪਾ ਛੁੱਟੀ ਨੀ ਹੋਇਆ ਕਦੋਂ ਦੀ ਮੋਬਾਈਲ ਦੇਖੀ ਜਾਂਦੀ ਇਹ ਸੈਬੂ ਤਾਂ ਨੀ ਆਇਆ ਅਜੇ ਕਰੋ ਮੋਜਾ ਕੀ ਆਇਆ ਦੇਖੋ ਜਿਹੜੇ ਸਕੂਲ ਵੀ ਓਪਨ ਹੋਣ 1-7 ਨੂੰ ਹੋਣਗੇ ਜਿਹੜੇ ਟੈਸਟ ਚਾਰਜ ਭਾਜੀ ਕਹਿੰਦੇ ਠੀਕ ਹੈ ਖੁਸ਼ ਹੈ ਹੁਣ ਨੀ ਲੇਟ ਵਾਲੀ ਭੇਜਦੇ ਆ ਕਰ ਐਸ਼ ਕੋਈ ਨੀ ਕਰਾਵਾਂਗੇ ਹੁਣ ਛੁੱਟੀਆਂ ਚ ਕਰ ਇੰਜੋਏ ਗਲੀ ਚ ਉਹਨੇ ਪਾ ਲਿਆ ਕੋਈ ਨੀ ਮੇਰਾ ਗੁਗਲੂ ਮੁਗਲੂ ਉੱਚੀ ਸਾਰੀ ਬਾਹਰ ਜਾ ਕੇ ਸੁਣਾ ਬਾਹਰ ਜਾ ਕੇ ਉੱਚੀ ਸਾਰੀ ਮੁੰਨਾ ਉੱਚੀ ਨੀ ਮੇਰਾ ਗੁਗਲੂ ਮੁਗਲੂ ਖਰਬੂਜਾ ਨੀ ਖਾਣਾ ਚੱਲ ਸਭ ਪਰੌਂਠੀ ਦੇ ਖਰਬੂਜਾ ਖਰਬੂਜਾ ਲੈ ਆ ਖਰਬੂਜਾ ਖੀਰਾ ਆ ਚੱਕੋ ਹਾਂ ਆ ਚੱਕੋ ਦੰਦੀ ਵੱਡ ਕੀ ਦਵਾਂ ਕੀ ਕਰੇਗਾ
ਪਹਿਲਾਂ ਪਰੌਂਠੀ ਦੇ ਸਾਬੂ ਇਹਨੂੰ ਮੁਰਗੀ ਤੋੜ ਕੇ ਵੱਡੀ ਮੁਰਗੀ ਦੇ ਦੇਖੋ ਜੀ ਸਾਹਿਬ ਇਹਨੂੰ ਦੇ ਰਿਹਾ ਰੋਟੀ ਉਹ ਖਾ ਗਈ ਗਮ ਮੁੰਨਾ ਕਹਿੰਦੀ ਕਿ ਮੈਨੂੰ ਅੱਡ ਪਲੇਟ ਚ ਪਾ ਕੇ ਦੋ ਮੈਂ ਸੈਬੂ ਨਾਲ ਨਹੀਂ ਖਾ ਉਹ ਆਏ ਦਹੀਂ ਨਾਲ ਲਾ ਫਿਰ ਤੂੰ ਉਹੀ ਖਾ ਲਾ ਦਹੀਂ ਇਕੱਲਾ ਖਾ ਲਈ ਨੰਦੀ ਵੱਡ ਟੇਸਟੀ ਹੈ ਦਹੀਂ ਦੇਖ ਲਓ ਬੱਚੇ ਛੋਟੇ ਛੋਟੇ ਬੱਚੇ ਵੀ ਆਪਦੀ ਮਰਜ਼ੀ ਨਾਲ ਖਾਂਦੇ ਉੱਧਰ ਉਸ ਪਾਪਾ ਦੇ ਤੇਰੇ ਨੋਲੇ ਕੇ ਖੜਾ ਚੱਲ ਚੱਲ ਜਲਦੀ ਖਾਓ ਜਲਦੀ ਗੁੱਡ ਬੱਚਾ ਸੈਬੂ ਨਾਲੋਂ ਪਹਿਲਾਂ ਮੁੰਨਾ ਫਸਟ ਆਊਗਾ ਅੱਜ ਨਾ ਗੁੰਨੂ ਨਾਲੋਂ ਪਹਿਲਾਂ ਟੇਸਟੀ ਹੈ ਪਰੌਂਠੀ ਮੁੰਨਾ ਪਰੌਂਠੀ ਟੇਸਟੀ ਹੈ ਨਾਲ ਨਾਲ ਡਾਂਸ ਹਜ਼ਮ ਵੀ ਕਰੀ ਜਾਂਦੀ ਹੈ ਹਾਂ ਕਹਿੰਦੀ ਦਹੀਂ ਨਾ ਖਾਣੀ ਹੈ ਦੇਖ ਤੈਨੂੰ ਛੋਟਾ ਚਮਚਾ ਵੀ ਦੇ ਤਾ ਮੈਂ ਠੀਕ ਹੈ ਇਹ ਸੈਬੂ ਦਾ ਚਮਚਾ ਨਿੱਕਾ ਜਾ ਸੋਹਣਾ ਗਾ ਤੇਰਾ ਗਾ ਤੂੰ ਲੈ ਲਈ ਮੁੰਨਾ ਨੇ ਪੱਕੀ ਹੋ ਜਾਣਾ ਸੈਬੂ ਨੇ ਖਾ ਲਈ ਸੈਬੂ ਦੇਖ ਦਹੀਂ ਖਾਈ ਜਾਂਦਾ ਕਿੱਥੇ ਚੜ ਕੇ ਜਲਦੀ ਜਲਦੀ ਖਾ ਲਾ ਗੁੰਨੂ ਤੋਂ ਪਹਿਲਾਂ ਗੁੰਨੂ ਹਜੇ ਬੈਠੀ ਖਾਈ ਜਾਂਦੀ ਆ ਉਹਦੇ ਜਲਦੀ ਖਾਓ ਜਲਦੀ ਫਰਾਈ ਕਰਕੇ ਖਾਵਾਂਗੇ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਇੱਕ ਨਵੇਂ ਬਲੌਗ ਹਾਂਜੀ ਬਾਈ ਲਓ ਜੀ ਬਾਏ ਬਾਏ ਕਰਤੀ ਗੁਣ ਉਹ ਗੁੰਨੂ ਨੂੰ ਮੁੰਨਾ ਨੇ ਅਤੇ ਮੇ ਵੀ ਅਸੀਂ ਇਹ ਬਲੌਗ ਸ਼ਾਮ ਨੂੰ ਪਾ ਦਈਏ ਕਿਉਂਕਿ ਆਪਾਂ ਡੇ ਬਾਈ ਡੇ ਚੱਲੀਏ ਪੱਕਾ ਨਹੀਂ ਪਤਾ ਬਟ ਹਜੇ ਮੂਡ 'ਤੇ ਡਿਪੈਂਡ ਹੈ ਕਿਉਂਕਿ ਡੇ ਬਾਈ ਡੇ ਨਹੀਂ ਚੱਲ ਰਹੇ ਪਰ ਚੱਲ ਰੈਗੂਲਰ ਰਹੇ ਆ ਬਟ ਅੱਗੇ ਪਿੱਛੇ ਚੱਲ ਰਹੇ ਆ ਰੋਜ਼ ਹੀ ਕਹਿ ਦੇਈਦਾ ਤੁਹਾਨੂੰ ਬਟ ਹਾਂ ਬਲੌਗ ਤਾਂ ਫਿਰ ਸਾਡੇ ਉਹੀ ਆ ਫਿਰ ਜੈਨੂਅਨ ਬਣਦੇ ਆ ਲਾਈਵ ਵਲੌਗ ਬਣਾਉਂਦੇ ਆ ਸਾਡੇ ਅਸੀਂ ਲਾਈਵ ਵਲੌਗ ਬਣਾਉਂਦੇ ਚਲੋ ਬਾਏ 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 ਇਹ ਜਵਾਕ ਖੇਡਦੇ ਆ ਅਤੇ ਮੈਡਮ ਬਾਹਰ ਨੂੰ ਗਏ ਰੋਟੀ ਪਾਉਣ ਗਏ ਲੱਗਦਾ ਹਾਂਜੀ ਦੱਸੋ ਟੋਕ ਮੁੰਨਾ ਦੇਖ ਸਭੂ ਪਰ ਮੁੰਨਾ ਸੈਟਿੰਗ ਕਰ ਰਹੀ ਆ ਆਪਦੇ ਸੌਣ ਦੀ ਕਹਿੰਦੀ ਆ ਜਾ ਸੈਬੂ ਸੋਈਏ ਛੋਟਾ ਕੰਬਲ ਉਹਦਾ ਉਹ ਪੈ ਗਈ ਚੱਲ ਬਈ ਸੈਬੂ ਨੇ ਉੱਤੇ ਦਿੱਤਾ ਛੋਟਾ ਕੰਬਲ ਗੁੱਡ ਨਾਈਟ ਮੁੰਨਾ ਚਲੋ ਭਾਈ ਗੁੱਡ ਨਾਈਟ ਸਾਰਿਆਂ ਨੂੰ ਸੌ ਜਾ ਤੂੰ ਵੀ ਥੱਲੇ ਓਕੇ ਸੋ ਗਈ ਭਾਈ ਸੋ ਗਈ ਮੁੰਨਾ ਤਾਂ ਦੇਖੋ ਨਾ ਸੋ ਜਾਂਦੇ ਆਈਸ ਕਲੋਜ਼ ਕਰਕੇ ਪਾਓ ਵੈਰੀ ਗੁੱਡ ਸਾਡੀ ਕਲਾਸ ਸਭ ਤੋਂ ਕੋਰਪਸ ਕੋਰ ਹੈ
ਹੁਣ ਉੱਠ ਗਿਆ ਹੁਣ ਇੱਧਰ ਮੂੰਹ ਕਰਕੇ ਪਈਏ ਕਹਿੰਦੀ ਆ ਜਾ ਚਲੋ ਜਗ੍ਹਾ ਚੇਂਜ ਕਰ ਲਈ ਭਾਈ ਜਗ੍ਹਾ ਚੱਲ ਪੈ ਜਾਂਦੇ ਨਹੀਂ ਲੈਣੀ ਉਹਨੇ ਆਈ ਪੈਣਾ ਲੈਣੀ ਆ ਕੰਬਲ ਵੀ ਲੈਣਾ ਚਲੋ ਦੇਖੋ ਬੱਚਿਆਂ ਦਾ ਰੌਣਕ ਮੇਲਾ ਮੁੰਨਾ ਦੀ ਕੰਬਲ ਦੇ ਅੰਦਰੋਂ ਆਵਾਜ਼ ਆਉਂਦੀ ਹੈ ਭਾਈ ਕਹਿੰਦੀ ਸੈਬੂ ਨਾਲ ਪੈਣਾ ਮੈਂ ਚੱਲ ਪੈ ਜਾ ਸੈਬੂ ਸੈਬੂ ਨਾਲ ਹੀ ਪੈਣਾ ਹੁਣੇ ਭਾਈ ਗੁੰਨੂ ਨਾਲ ਨੀ ਪੈਣਾ ਸੈਬੂ ਭਰਾ ਬਣ ਗਿਆ ਸਾਹਿਬ ਚਲੋ ਸੋ ਜਾਓ ਗੁੱਡ ਨਾਈਟ ਸੈਬੂ ਤੇ ਮੁੰਨਾ ਬਾਏ ਗੁੱਡ ਨਾਈਟ ਸਾਰੇ ਨੂੰ ਬਾਏ ਬਾਏ ਕਹਿੰਦੇ ਹੋਰ ਸਾਰਿਆਂ ਨੂੰ ਗੁੱਡ ਨਾਈਟ ਹੁਣ ਸਾਰਿਆਂ ਨੂੰ ਗੁੱਡ ਨਾਈਟ ਬਾਏ ਕਹਿੰਦੇ ਉਧਰ ਕੌਣ ਆ ਛੱਤ ਤੇ ਕੌਣ ਆ ਛੱਤ ਤੇ ਕਿਹੜੇ ਭੂਤ ਨੂੰ ਬਾਏ ਕਰੀ ਇਹਨਾਂ ਤੇ ਸਬਸਕ੍ਰਾਈਬਰ ਤੇ ਤੇਰੇ ਨਾ ਸਬਸਕ੍ਰਾਈਬਰ ਤਾਂ ਇੱਥੇ ਆ ਉਧਰ ਆਇਆ